ਕਿਰਤਨ ਕਰਮਾਂ ਬਾਰੇ ਨਾਮ ਦੇ ਵਿਸ਼ੇ ਸਵਾਮੀ ਦਰਬਾਰਾ ਸਿੰਘ ਜੀ ਮਹਾਰਾਜ ਜੀ ਔਰ ਸਵਾਮੀ ਜੋੜਾ ਸਿੰਘ ਜੀ ਮਹਾਰਾਜ ਜੀ ਬਰਮ ਮੰਡਲੀ ਵਿੱਚ ਬਿਰਾਜਮਾਨ ਹੋਏ ਬਰਮ ਸਰੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਉਹਨਾਂ ਦੇ ਪਾਵਨ ਚਰਨਾਂ ਦੇ ਨਾਲ ਟੱਚ ਹੋਈ ਪਾਵਨ ਪਵਿੱਤਰ ਧਰਤੀ ਤੇ ਬਿਰਾਜਮਾਨ ਹੋਏ ਬਰਮ ਸਰੋਤ ਦਰਸ਼ਾਂ ਨੂੰ ਬੋਲਣ ਦੀ ਜੋ ਪ੍ਰਵਾਨ ਨੂੰ ਚਰਨਾਂ ਚ ਲਾਉਣ ਬੁਲਾਏ ਫਤਿਹ ਆਖੋ ਸਿੰਘ ਜੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਜਗਤ ਗੁਰੂ ਗੁਰੂ ਨਾਨਕ ਸਿੰਘ ਮਹਾਰਾਜ ਮੇਰਾ ਖਿਆਲ ਵੀ ਬੁਲਾਏ ਇਹ ਤਾਂ ਲੱਗ ਗਏ, ਪਰ ਜਿਹੜਾ ਮੇਰਾ ਵਿਚਾਰ ਹੈ ਸਵਾਮੀ ਜੀ ਨੇ ਲਿਖਿਆ ਭਾਗਾਂ ਭਰੀ ਪਤੰਦਰਾ ਪੁਰੀ ਅੰਦਰ ਰੱਬ ਬਣ ਕੇ ਪੀਰਾਂ ਦਾ ਪੀਰ ਆਇਆ ਆਇਆ ਦੁਨੀਆਂ ਦੇ ਦੋਖ ਨੂੰ ਮਾਰਨੇ ਨੂੰ ਬਰਮ ਬਾਣੀ ਦੀ ਕਰਨ ਤਕਰੀਰ ਆਇਆ ਪਰਖਾ ਸਮੇਂ ਦੇ ਬਰਮ ਗਿਆਨੀਆਂ ਨੇ ਹਲਕੀ ਪਹਿਨ ਕੇ ਪੀਰਾਂ ਦਾ ਪੀਰ ਆਇਆ ਪ੍ਰਗਟ ਗੁਣਾਂ ਤੋਂ ਹੋਇਆ ਦਰਬਾਰ ਸਿੰਘਾਂ ਬਣ ਕੇ ਨਾਨਕੀ ਭੈਣ ਦਾ ਪੀਰ ਆਇਆ ਗੁਰੂ ਨਾਨਕ ਅਵਤਾਰ ਨੂੰ ਥਾਰਿਆ ਤੂੰ ਸਾਰੇ ਅਰਸ਼ਾਂ ਦਾ ਸਿੰਘਵਾਸ ਤੇਰਾ ਧਿਆਨ ਨੀਵਿਆਂ ਦੇ ਬਲ ਮਾਰਿਆ ਤੂੰ ਜਿੰਨਾ ਤੱਕ ਆਣ ਕੇ ਸ਼ਰਨ ਤੇਰੀ ਤੇ ਊਚ ਨੀਚ ਨੂੰ ਨਹੀਂ ਵਿਚਾਰਿਆ ਤੂੰ ਤੇਰੀ ਯਾਦ ਹੈ ਅਮਰ ਦਰਬਾਰ ਸਿੰਘਾਂ ਨਹੀਂ ਭੁੱਲਦਾ ਹਰ ਮਨ ਪਿਆਰਿਆ ਤੂੰ ਨਹੀਂ ਭੁੱਲਦਾ ਹਰ ਮਨ ਪਿਆਰਿਆ ਤੂੰ ਸਾਰੇ ਅਰਸ਼ਾਂ ਵਿੱਚ ਨਿਵਾਸ ਤੇਰਾ ਧਿਆਨ ਨੀਵਿਆਂ ਦੇ ਬਲ ਮਾਰਿਆ ਤੂੰ ਤੁਹਾਡੀ ਯਾਦ ਹੈ ਅਮਰ ਦਰਬਾਰ ਸਿੰਘਾਂ ਨਹੀਂ ਭੁੱਲਦਾ ਹਰ ਮਨ ਪਿਆਰਿਆ ਤੂੰ ਪਾਤਸ਼ਾਹਾਂ ਨੇ ਇੱਕ ਤੁਹਾਡਾ ਅਰ ਸਾਡਾ ਮੇਲ ਕਰਤਾ ਉਹ ਕੈਸਾ ਮੇਲ ਐਸਾ ਕਨੈਕਸ਼ਨ ਜੋੜਤਾ ਆਪਣਾ ਇਹ ਜਾਈਦਾ ਬਰਮ ਮੰਡਲੀ ਦੇ ਹੰਸਾਂ ਨੂੰ ਮੋਤੀ ਦੇਣੇ ਨੇ ਹੁਣ ਸਤਿਗੁਰੂਆਂ ਦੇ ਚਰਨਾਂ ਵਿੱਚ ਬੇਨਤੀ ਹੈ ਸਵਾਮੀ ਦਰਬਾਰਾ ਸਿੰਘ ਜੀ ਮਹਾਰਾਜ ਉਹਨਾਂ ਦਾ ਪਾਵਨ ਸਰੂਪ ਸਵਾਮੀ ਜੀ ਮਹਾਰਾਜ ਆਪਣੇ ਬੱਚਿਆਂ ਨੂੰ ਬੌਧਿਕ ਦ੍ਰਿਸ਼ਟੀ ਦੇ ਨਾਲ ਸਿਹਰ ਨਗਰਾਂ ਦੇ ਨਾਲ ਨਮਾਜ ਦੇ ਇਸ ਘਰੇ ਨੂੰ ਪ੍ਰੋਗਰਾਮ ਵਾਸਤੇ ਤੁਹਾਡਾ ਨਮਸਕਾਰ ਸ਼ੁਕਰੀਆ ਦਾ ਧੰਨਵਾਦ ਕਰਦੇ ਹਾਂ। ਨਦਰ ਮਿਹਰ ਦੀ ਰਹਿਮਤ ਸਾਡੀ ਛੋੜੀ ਡਾਰ ਦੇ ਤਾਲਤ ਭਗਵਾਨ ਬਰਸਦੇ ਚਾਰ ਕਲਾਸੀ ਦੰਸਕਾਰ ਲੱਖ ਮਾਰੀ ਹੈ ਪੀਰਾ ਬਰਵਾਸੀ ਸਾਨੇ ਤੋਂ ਹੀ ਪੁਰਖਾ ਬਰਮ ਖਜ਼ਾਨਾ ਤੋਂ ਆਦੇ ਹੱਥ ਸਰੋਵਰ ਤੇ ਮੂਰੀ ਮਹਿਖਾਨਾ ਤੋਂ ਤਪਦੀ ਜਿੰਦ ਤਰਾਸੀ ਨੇ ਨਰਸਕਾਰ ਲੱਖ ਮਾਰੀ ਹੈ ਪੀਰਾ ਪਰਵਾਸੀ ਨੇ ਬਣਾ ਦੇ ਜਿੰਦਰ ਨਜ਼ਰਾਂ ਫੇਰੀਆਂ ਤੇਰੀ ਐਸੀ ਦੇ ਯਤਨ ਦੀ ਦੇ ਨਾ ਕੰਟ ਜਰਾਸੀ ਨੇ ਨਰਸਕਾਰ ਲੱਖ ਮਾਰੀ ਹੈ ਪੀਰਾ ਪਰਵਾਸੀ ਨੇ ਭਾਗ ਭਰੀ ਇਹ ਧਰਤੀ ਜਿੱਥੇ ਚਰਨ ਦਿਖਾਏ ਨੇ ਤੀਰ ਪੰਜ ਨੇ ਬਣ ਕੇ ਬਦਲੋਤੇ ਦੇ ਆਏ ਨੇ ਉਸੀ ਮੋਰੀ ਨੇ ਬਖਲਾਰੀ ਜਗਤਾ ਦੂਰ ਦਵਾਸੀ ਨੇ ਸੰਸਕਾਰ ਲੱਖ ਮਾਰੀ ਹੈ ਪੂਰਾ ਪਰਵਾਸੀ ਨੇ ਤੇਰੀ ਪੂਜਾ ਕਰੇ ਮਹੇਸ਼ ਸੇਸ ਦੀ ਸੀਸ ਨਿਵਾਉਂਦਾ ਹੈ ਇਸ ਤੇ ਲੱਖ ਹਜ਼ਾਰ ਪਸਾਂਦਾ ਨਾਮ ਸਿਰਾਉਂਦਾ ਸੰਗਤ ਦੇ ਹੋਵਣ ਦਲਤਾ ਮੇਰੀ ਦੇ ਅਸੀਂ ਚਰਨ ਤੋਲ ਦੇ ਸੇਵਕ ਦੇ ਜਪ ਦਸੀ ਨੇ ਨਰਸਕਾਰ ਲਖਵਾਰੀ ਹੈ ਵੀਰਾ ਪਰਵਸੀ ਨੋ ਜੋ ਸ਼ਬਦ ਸੰਗਤ ਦੇ ਦੇ